ਚੰਡੀਗੜ੍ਹ ਵਾਲਿਆਂ ਨੂੰ ਵੀਆਈਪੀ ਨੰਬਰਾਂ ਦਾ ਸ਼ੌਕ। ਵੀਆਈਪੀ ਨੰਬਰਾਂ ਪਿੱਛੇ ਉਡਾ ਦਿੱਤੇ ਲੱਖਾਂ ਰੁਪਏ। 24,30,000 ਚ ਵਿਕਿਆ 0001 ਨੰਬਰ। 24,30,000 ਚ ਵਿਕਿਆ 0001 ਨੰਬਰ। ਜੀ ਹਾਂ, ਚੰਡੀਗੜ੍ਹ ਵਾਲਿਆਂ ਨੂੰ ਵੀਆਈਪੀ ਨੰਬਰਾਂ ਦਾ ਐਸਾ ਸ਼ੌਂਕ ਹੈ ਕਿ ਉਹਨਾਂ ਨੇ ਵੀਆਈਪੀ ਨੰਬਰਾਂ ਪਿੱਛੇ ਲੱਖਾਂ ਰੁਪਏ ਉਡਾ ਦਿੱਤੇ। ਦੱਸ ਦਈਏ ਕਿ ਸੀਵੀ ਸੀਰੀਜ਼ ਦੇ ਵੀਆਈਪੀ ਨੰਬਰਾਂ ਦੀ ਬੋਲੀ ਲੱਗੀ, ਜਿਸ ਵਿੱਚ ਚੰਡੀਗੜ੍ਹ ਵਾਲਿਆਂ ਨੇ ਵੀ ਦਿਲ ਖੋਲ ਕੇ ਪੈਸੇ ਲੁਟਾਏ ਨੇ, ਨੰਬਰ ਖਰੀਦਣ ਲਈ ਲੱਖਾਂ ਤੱਕ ਖਰਚ ਕਰ ਦਿੱਤੇ। ਹੁਣ ਇੱਥੇ 0001 ਵੀਆਈਪੀ ਨੰਬਰ 24,30,000 ਦੇ ਵਿੱਚ ਵਿਕਿਆ। ਇਸੇ ਤਰ੍ਹਾਂ 0009 ਦੀ ਗੱਲ ਕਰੀਏ ਤਾਂ ਇਹ ਵੀਆਈਪੀ ਨੰਬਰ 10,43,000 ਰੁਪਏ ਦੇ ਵਿੱਚ ਵਿਕਿਆ। 9,35,000 ਰੁਪਏ ਦੇ ਵਿੱਚ 0007 ਨੰਬਰ ਖਰੀਦਿਆ ਗਿਆ ਹੈ। 0005 ਨੰਬਰ ਦੇ ਲਈ 7,07,000 ਰੁਪਏ ਦੀ ਬੋਲੀ ਲੱਗੀ। ਚੰਡੀਗੜ੍ਹ ਦੇ ਵਿੱਚ ਕੁੱਲ 601 ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ, ਜਿਸ ਨਾਲ ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਿਟੀ ਨੂੰ 2.40 ਕਰੋੜ ਰੁਪਏ ਦੀ ਕਮਾਈ ਹੋਈ ਹੈ। ਦੱਸ ਦਈਏ ਕਿ ਚੰਡੀਗੜ੍ਹ ਵਾਲਿਆਂ ਨੇ ਵੱਧ ਚੜ ਕੇ ਇਸ ਬੋਲੀ ਚ ਹਿੱਸਾ ਲਿਆ ਅਤੇ ਇੱਕ ਇੱਕ ਨੰਬਰ ਪਿੱਛੇ ਲੱਖਾਂ ਲੱਖਾਂ ਲੁਟਾ ਦਿੱਤੇ ਨੇ। ਲੋਕਾਂ ਦੇ ਵਿੱਚ ਵੀਆਈਪੀ ਨੰਬਰ ਲੈਣ ਦਾ ਇਸ ਕਦਰ ਕਰੇਜ਼ ਹੁੰਦਾ ਹੈ ਕਿ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ, ਤੇ ਚੰਡੀਗੜ੍ਹ ਵਾਲਿਆਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਸੀਵੀ ਸੀਰੀਜ਼ ਦੇ ਵੀਆਈਪੀ ਨੰਬਰਾਂ ਦੀ ਜੋ ਬੋਲੀ ਲੱਗੀ ਤਾਂ ਚੰਡੀਗੜ੍ਹ ਵਾਲਿਆਂ ਨੇ ਵੀ ਲੱਖਾਂ ਲੱਖਾਂ ਰੁਪਏ ਲਗਾ ਕੇ ਇਹ ਨੰਬਰ ਸਾਰੇ ਖਰੀਦ ਲਏ ਨੇ। ਸਭ ਤੋਂ ਵੱਧ ਮਹਿੰਗਾ 0001 ਨੰਬਰ ਹੈ, ਜਿਸ ਨੂੰ 24,30,000 ਰੁਪਏ ਦੇ ਵਿੱਚ ਖਰੀਦਿਆ ਗਿਆ ਹੈ, ਜਦਕਿ 0004 ਫੈਂਸੀ ਨੰਬਰ ਦੀ 5,60,000 ਰੁਪਏ ਦੀ ਬੋਲੀ ਲੱਗੀ ਸੀ। ਇਸ ਨਿਲਾਮੀ ਦੇ ਵਿੱਚ 601 ਫੈਂਸੀ ਨੰਬਰ ਸੀ ਜਿਨ੍ਹਾਂ ਤੇ ਬੋਲੀ ਲੱਗੀ ਹੈ, ਤੇ ਇਸੇ ਤੇ ਹੀ RL ਨੂੰ 2.40 ਕਰੋੜ ਰੁਪਏ ਦੀ ਕਮਾਈ ਵੀ ਹੋਈ ਹੈ। ਚੰਡੀਗੜ੍ਹ ਵਾਲਿਆਂ ਨੂੰ ਵੀਆਈਪੀ ਨੰਬਰਾਂ ਦਾ ਸ਼ੌਕ। ਵੀਆਈਪੀ ਨੰਬਰਾਂ ਪਿੱਛੇ ਉਡਾ ਦਿੱਤੇ ਲੱਖਾਂ ਰੁਪਏ। 24,30,000 ਚ ਵਿਕਿਆ 0001 ਨੰਬਰ। 24,30,000 ਚ ਵਿਕਿਆ 0001 ਨੰਬਰ। ਜੀ ਹਾਂ, ਚੰਡੀਗੜ੍ਹ ਵਾਲਿਆਂ ਨੂੰ ਵੀਆਈਪੀ ਨੰਬਰਾਂ ਦਾ ਐਸਾ ਸ਼ੌਂਕ ਹੈ ਕਿ ਉਹਨਾਂ ਨੇ ਵੀਆਈਪੀ ਨੰਬਰਾਂ ਪਿੱਛੇ ਲੱਖਾਂ ਰੁਪਏ ਉਡਾ ਦਿੱਤੇ। ਦੱਸ ਦਈਏ ਕਿ ਸੀਵੀ ਸੀਰੀਜ਼ ਦੇ ਵੀਆਈਪੀ ਨੰਬਰਾਂ ਦੀ ਬੋਲੀ ਲੱਗੀ, ਜਿਸ ਵਿੱਚ ਚੰਡੀਗੜ੍ਹ ਵਾਲਿਆਂ ਨੇ ਵੀ ਦਿਲ ਖੋਲ ਕੇ ਪੈਸੇ ਲੁਟਾਏ ਨੇ, ਨੰਬਰ ਖਰੀਦਣ ਲਈ ਲੱਖਾਂ ਤੱਕ ਖਰਚ ਕਰ ਦਿੱਤੇ। ਹੁਣ ਇੱਥੇ 0001 ਵੀਆਈਪੀ ਨੰਬਰ 24,30,000 ਦੇ ਵਿੱਚ ਵਿਕਿਆ। ਇਸੇ ਤਰ੍ਹਾਂ 0009 ਦੀ ਗੱਲ ਕਰੀਏ ਤਾਂ ਇਹ ਵੀਆਈਪੀ ਨੰਬਰ 10,43,000 ਰੁਪਏ ਦੇ ਵਿੱਚ ਵਿਕਿਆ। 9,35,000 ਰੁਪਏ ਦੇ ਵਿੱਚ 0007 ਨੰਬਰ ਖਰੀਦਿਆ ਗਿਆ ਹੈ। 0005 ਨੰਬਰ ਦੇ ਲਈ 7,07,000 ਰੁਪਏ ਦੀ ਬੋਲੀ ਲੱਗੀ। ਚੰਡੀਗੜ੍ਹ ਦੇ ਵਿੱਚ ਕੁੱਲ 601 ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ, ਜਿਸ ਨਾਲ ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਿਟੀ ਨੂੰ 2.40 ਕਰੋੜ ਰੁਪਏ ਦੀ ਕਮਾਈ ਹੋਈ ਹੈ। ਦੱਸ ਦਈਏ ਕਿ ਚੰਡੀਗੜ੍ਹ ਵਾਲਿਆਂ ਨੇ ਵੱਧ ਚੜ ਕੇ ਇਸ ਬੋਲੀ ਚ ਹਿੱਸਾ ਲਿਆ ਅਤੇ ਇੱਕ ਇੱਕ ਨੰਬਰ ਪਿੱਛੇ ਲੱਖਾਂ ਲੱਖਾਂ ਲੁਟਾ ਦਿੱਤੇ ਨੇ। ਲੋਕਾਂ ਦੇ ਵਿੱਚ ਵੀਆਈਪੀ ਨੰਬਰ ਲੈਣ ਦਾ ਇਸ ਕਦਰ ਕਰੇਜ਼ ਹੁੰਦਾ ਹੈ ਕਿ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ, ਤੇ ਚੰਡੀਗੜ੍ਹ ਵਾਲਿਆਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ।
ਚੰਡੀਗੜ੍ਹ ਦੇ ਵਿੱਚ ਸੀਵੀ ਸੀਰੀਜ਼ ਦੇ ਵੀਆਈਪੀ ਨੰਬਰਾਂ ਦੀ ਜੋ ਬੋਲੀ ਲੱਗੀ ਤਾਂ ਚੰਡੀਗੜ੍ਹ ਵਾਲਿਆਂ ਨੇ ਵੀ ਲੱਖਾਂ ਲੱਖਾਂ ਰੁਪਏ ਲਗਾ ਕੇ ਇਹ ਨੰਬਰ ਸਾਰੇ ਖਰੀਦ ਲਏ ਨੇ। ਸਭ ਤੋਂ ਵੱਧ ਮਹਿੰਗਾ 0001 ਨੰਬਰ ਹੈ ਜਿਸ ਨੂੰ 24,30,000 ਰੁਪਏ ਦੇ ਵਿੱਚ ਖਰੀਦਿਆ ਗਿਆ ਹੈ, ਜਦਕਿ 0004 ਫੈਂਸੀ ਨੰਬਰ ਦੀ 5,60,000 ਰੁਪਏ ਦੀ ਬੋਲੀ ਲੱਗੀ ਸੀ। ਇਸ ਨਿਲਾਮੀ ਦੇ ਵਿੱਚ 601 ਫੈਂਸੀ ਨੰਬਰ ਸੀ ਜਿਨ੍ਹਾਂ ਤੇ ਬੋਲੀ ਲੱਗੀ ਹੈ, ਤੇ ਇਸੇ ਤੇ ਹੀ RL ਨੂੰ 2.40 ਕਰੋੜ ਰੁਪਏ ਦੀ ਕਮਾਈ ਵੀ ਹੋਈ ਹੈ।